ਕੌਡੀ 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 ਬਈ ਮੈਨੂੰ ਨਾ ਜ਼ਿਆਦਾ ਤਜਰਬਾ ਨੀਗਾ ਮਾਈਕ 'ਤੇ ਬੋਲਣ ਦਾ, ਬਹੁਤ ਮਿੱਠੇ ਬੋਲ ਭਰਾਵਾਂ ਨੇ ਬੋਲਿਆ ਅਤੇ ਮੈਨੂੰ ਲੱਗਦਾ ਕਿ ਬਾਈ ਖੁਸ਼ੀ ਖੇਡ ਕੇ ਗਿਆ, ਇਹ ਮੇਲੇ ਦਾ ਸਭ ਤੋਂ ਵੱਡਾ ਸ਼ਿਖਰ ਸੀਗਾ। ਇਸ ਤੋਂ ਬਾਅਦ ਮੈਂ ਜ਼ਿਆਦਾ ਬੋਲ ਕੇ ਮੇਲੇ ਦਾ ਸਵਾਦ ਨਹੀਂ ਖਰਾਬ ਕਰੂੰਗਾ, ਪਰ ਮੈਨੂੰ ਬਾਈ ਗੁਲਜ਼ਾਰੀ ਦਾ ਫੋਨ ਆਇਆ, ਮੈਨੂੰ ਬਾਈ ਗੁਲਜ਼ਾਰੀ ਨੇ ਆਖਿਆ ਕਿ ਪਿੰਡ ਆਉਣਾ, ਤਾਂ ਮੈਂ ਸੱਜਣੋ ਇਹ ਸੱਜਣਾ ਨੂੰ ਮੈਂ ਕੀ ਮੰਨਦਾ, ਜਿਵੇਂ ਗੁਲਜ਼ਾਰੀ ਹੋ ਗਿਆ, ਮਾਣੂਕਿਆਂ ਵਾਲਾ ਜੀਵਨ ਹੋ ਗਿਆ, ਕੀਪਾ ਵਧਨੀ ਵਾਲਾ ਹੋ ਗਿਆ, ਇਹ ਕਬੱਡੀ ਦੇ ਇੰਜੀਨੀਅਰ ਖਿਡਾਰੀ ਸੀਗੇ। ਵੀ ਜੇ ਆਪਾਂ ਇਹਨਾਂ ਨੂੰ ਛੋਟੇ ਸ਼ਬਦਾਂ 'ਚ ਇਹਨਾਂ ਬਾਰੇ ਕਹਿਣਾ ਹੋਵੇ ਤਾਂ ਇਹ ਇੰਜੀਨੀਅਰ ਪਲੇਅਰ ਸੀਗੇ ਜਿਨ੍ਹਾਂ ਨੂੰ ਵੇਖ ਕੇ ਵੱਡੇ ਨਹੀਂ ਬੁੱਢੇ ਹੋਏ ਆ, ਇਹਨਾਂ ਨੂੰ ਵੇਖ ਕੇ ਬੁੱਢੇ ਹੋਏ ਆ, ਅਤੇ ਪਰ ਇਹਨਾਂ ਨੂੰ ਵੇਖ ਕੇ ਦੁਬਾਰਾ ਜਵਾਨ ਹੋ ਜਾਈਦਾ। ਸਿਆਣੇ ਕਹਿੰਦੇ ਆ ਕਿ ਜਵਾਨੀ ਜਿਨ੍ਹਾਂ ਨੇ ਇੱਕ ਸਾਲ ਸਾਂਭ ਲਈ ਉਹ 2 ਸਾਲ ਪਲੱਸ ਹੋ ਜਾਂਦੀ ਹੈ ਜਵਾਨੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ, ਪਰ ਮੈਨੂੰ ਲੱਗਦਾ ਕਿ ਇਹਨਾਂ ਬੰਦਿਆਂ ਨੂੰ ਵੇਖ ਕੇ ਹੀ 2-2 ਸਾਲ 3-3 ਸਾਲ ਪਲੱਸ ਹੋ ਗਈ ਆ ਜਵਾਨੀ। ਬਹੁਤ ਧੰਨਵਾਦ ਹੈ ਕਿ ਲੰਬਾ ਖੇਡਣ ਲਈ ਲੰਬੇ ਰਸਤੇ ਵੱਜਦੀ ਆਉਣਾ ਪੈਂਦਾ, ਛੋਟਾ ਖੇਡਣ ਲਈ ਛੋਟੇ ਰਸਤੇ ਵੱਜਦੀ ਆਉਣਾ ਪੈਂਦਾ। ਅੱਜ ਪਲੇਅਰ ਸਾਰੇ ਤਰ੍ਹਾਂ ਦੇ ਹੀ ਆ, ਪਰ ਖੁਸ਼ੀ ਵਰਗਿਆਂ ਨੂੰ ਦੇਖ ਕੇ, ਸੰਦੀਪ ਵਰਗਿਆਂ ਨੂੰ ਵੇਖ ਕੇ ਪਤਾ ਲੱਗਦਾ ਕਿ ਹਾਂ ਲੰਬੇ ਰਸਤੇ ਥਾਈਂ ਦੀ ਆਏ ਵੇ ਪਲੇਅਰ ਬਹੁਤ ਲੰਬਾ ਸਮਾਂ ਚੱਲਦੇ ਆ। ਆਨੰਦ ਆਉਂਦਾ ਸੱਜਣਾ, ਅੱਜ ਵੀ 20 ਸਾਲ ਦੇ ਜਵਾਕ ਵਰਗੀ ਫੁਰਤੀ ਹੈ ਖੁਸ਼ੀ ਦੇ ਵਿੱਚ, ਸੰਦੀਪ ਦੇ ਵਿੱਚ। ਮੈਨੂੰ ਪਤਾ ਗੁਲਜ਼ਾਰੀ ਤੋਂ ਲੀੜੇ ਲਵਾ ਲੈਣੇ, ਹੁਣ ਫੜਿਆ ਇਹ ਵੀ ਨਹੀਂ ਜਾਣਾ ਕਿਸੇ ਤੋਂ, ਹਟ ਗਿਆ ਉਹ ਗੱਲ ਵੱਖਰੀ ਆ। ਆਨੰਦ ਆਉਂਦਾ ਸੱਜਣੋ, ਬਹੁਤ ਪਿਆਰ ਕਰਦੇ ਹਾਂ ਤੁਸੀਂ ਮਾਂ ਖੇਡ ਨੂੰ, ਬਹੁਤ ਪਿਆਰ ਕਰਦੇ ਹਾਂ ਤੁਸੀਂ ਪਹਿਰਾਵੇ ਨੂੰ, ਬਹੁਤ ਪਿਆਰ ਕਰਦੇ ਹਾਂ ਤੁਸੀਂ ਬੋਲੀ ਨੂੰ। ਮੈਂ ਨਿਰਾ ਕਮਰਸ਼ੀਅਲ ਬੰਦਾ, ਨਿਰਾ ਪੈਸੇ ਕਮਾਉਣ ਵਾਸਤੇ ਯੂਟਿਊਬ 'ਤੇ ਕੰਮ ਕਰਦਾ, ਪਰ ਸਿਰਫ ਬੋਲੀ ਕਰਕੇ ਪਹਿਰਾਵੇ ਕਰਕੇ ਤੁਸੀਂ ਮੈਨੂੰ ਮੁਹੱਬਤ ਦਿੰਦੇ ਆ, ਇਸ ਕਰਕੇ ਤੁਹਾਡਾ ਬਹੁਤ ਧੰਨਵਾਦ ਆ ਸੱਜਣੋ, ਅਤੇ ਬਹੁਤ ਧੰਨਵਾਦ ਆ ਭਰਾਵਾਂ ਨੇ ਮੈਨੂੰ ਸੱਦਿਆ, ਮੌਕਾ ਦਿੱਤਾ, ਮੈਂ ਬਹੁਤ ਧੰਨਵਾਦ ਕਰਦਾ, ਜਿਉਂਦੇ ਰਹੋ। ਮੈਨੂੰ ਲੱਗਦਾ ਕਿ ਕਹਿੰਦੇ 10 ਬੰਦਿਆਂ 'ਚ ਹੋਈ ਬੇਇੱਜ਼ਤੀ ਬੰਦਾ ਭੁੱਲਦਾ ਨਹੀਂ ਹੁੰਦਾ, ਅਤੇ ਲੱਖਾਂ ਬੰਦਿਆਂ 'ਚ ਹੋਇਆ ਸਨਮਾਨ ਵੀ ਭੁੱਲਣਾ ਨਹੀਂ ਚਾਹੀਦਾ। ਤੁਹਾਡਾ ਸਨਮਾਨ ਆ ਜਿਹੜਾ ਇੱਥੇ ਖੜਾ ਕੇ ਦਿੱਤਾ, ਇਹ ਬਹੁਤ ਧੰਨਵਾਦ ਆ ਸੱਜਣੋ। ਜੇ ਮੇਰੇ ਦਿਲ ਦੇ ਵਿੱਚ ਕਦੇ ਮੇਰੀ ਬੇਇੱਜ਼ਤੀ ਹੋਈ ਸੀ ਲੋਕਾਂ ਦੇ ਸਾਹਮਣੇ, ਜੇ ਮੈਂ ਉਹ ਨਹੀਂ ਭੁੱਲ ਸਕਦਾ ਤਾਂ ਐਡਾ ਮਾਣ ਵੀ ਨਹੀਂ ਭੁੱਲ ਸਕੂੰਗਾ, ਇਹ ਵੀ ਯਾਦ ਰੱਖੂੰਗਾ, ਜਿਉਂਦੇ ਵੱਸਦੇ ਰਹੋ। ਧੰਨਵਾਦ। ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਅਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦ।